ਆਪਣੀ ਸੁਜ਼ੂਕੀ ਬੇਚ ਛੱਡੀ ਹੈ 110 ਅਤੇ ਹੁਣ ਮੈਂ ਜਿਹੜਾ ਨਾ ਜੀ ਇਹਦੇ 'ਤੇ ਆਇਆ ਸ਼ੋਰੂਮ 'ਤੇ ਜਿੱਦਾਂ ਸ਼ੋਰੂਮ ਵਾਲਾ ਇਹਨਾਂ ਕੋਲੋਂ ਮੈਂ ਲਿਆ ਜੀ ਆਪਣਾ ਯਾਮਾ 125 ਇਹ ਨਵਾਂ ਆਇਆ ਲਾ ਦੇ ਵਿੱਚ ਦੇਖੋ ਜੀ ਤੁਹਾਨੂੰ ਵਿਊ ਦਿਖਾਉਂਦੇ ਇਹਦਾ ਸਾਰਾ ਇਹ ਮਿਸਤਰੀ ਹੈ ਜੀ ਸਾਡਾ ਇਹ ਚੈੱਕ ਕਰ ਰਿਹਾ ਇਹਨੂੰ ਇਹਦੀ ਸਾਰੀ ਚੈਕਿੰਗ ਹੋ ਰਹੀ ਹੈ ਇਸ ਤੋਂ ਬਾਅਦ ਫਿਰ ਇਹਨੂੰ ਸਲਫ ਬੱਜੇਗਾ ਇਹ 0 ਮੀਟਰ ਜਿਹੜਾ ਜੀ ਅਸੀਂ ਲਿਆ ਇਹ ਡਿਸਕ ਬ੍ਰੇਕ 'ਚ ਆਇਆ ਯਾਮਾ ਨਵਾਂ ਪਹਿਲੇ ਬਗੈਰ ਡਿਸਕ ਬ੍ਰੇਕ ਤੋਂ ਹੁੰਦਾ ਸੀ ਇਹ ਹੈਗਾ ਡੀ ਐਕਸ ਯਾਮਾ 125 ਤੁਹਾਡਾ ਕੀ ਨਾਂ ਜੀ ਜਿਸ਼ਾਨ ਸਾਹਿਬ ਇਹਦਾ ਇਹ ਦੱਸੋ ਕਿ ਜਿਹੜਾ ਇਹ ਯਾਮਾ ਇਹਦੀ ਕੀ ਐਵਰੇਜ ਤੁਹਾਡੇ ਹਿਸਾਬ 'ਚ ਇਹਦੀ ਹੈ 45-50 ਦੀ ਇੱਕ ਲੀਟਰ 'ਚ ਜਿਹੜੀ ਹੈ ਨਾ ਜੀ ਇਹਦੀ ਐਵਰੇਜ ਫਿਰ ਅਲਾਈ ਰਿਮ 'ਚ ਆਇਆ ਦੇਖੋ ਇਹ ਡਿਸਕ ਬ੍ਰੇਕ ਹੈ ਇਹਦੀ ਰੈੱਡ ਕਲਰ 'ਚ ਲਿਆ ਸੀ ਇਹ 2 ਕਲਰਾਂ 'ਚ ਆ ਰਿਹਾ ਇੱਕ ਬਲੈਕ 'ਚ ਇੱਕ ਰੈੱਡ 'ਚ ਅਸੀਂ ਲਿਆ ਇਹ ਰੈੱਡ 'ਚ ਕਿਉਂਕਿ ਰੈੱਡ ਜਿਹੜਾ ਸਾਨੂੰ ਅੱਛਾ ਲੱਗਦਾ ਪਾਕਿਸਤਾਨ 'ਚ ਰੈੱਡ ਜਿਹੜਾ ਕਲਰ ਉਹ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਵਾਸਤੇ ਅਸੀਂ ਇਹ ਰੈੱਡ ਕਲਰ 'ਚ ਲਿਆ ਇੱਥੇ ਪਾਕਿਸਤਾਨ 'ਚ ਜ਼ਿਆਦਾ ਰੈੱਡ ਹੀ ਚੱਲਦਾ ਦੇਖੋ ਪਹਿਲੇ 110 ਸੁਜ਼ੂਕੀ ਸੀ ਉਹ ਵੀ ਇਹਨਾਂ ਨੂੰ ਵੇਚੀ ਹੈ ਮੈਂ ਕੱਲ੍ਹ ਅਤੇ ਅੱਜ ਮੈਂ ਇਹਨਾਂ ਕੋਲ ਇਹ ਯਾਮਾ ਲੈਣ ਵਾਸਤੇ ਆਇਆ ਔਰ ਜਿਹੜਾ ਇਹਨਾਂ ਦੀ ਚੈਕਿੰਗ ਪੂਰੀ ਹੋ ਰਹੀ ਆ ਮੇਰੀ ਜੋ ਜੋ ਚੀਜ਼ਾਂ ਇਹਦੀਆਂ ਆਉਣ ਵਾਲੀਆਂ ਕਰ ਰਹੇ ਨੇ ਇਹ ਸੈਲਫ ਸਟਾਰਟ ਵੀ ਹੈ ਇਹਦੀ ਐਵਰੇਜ ਵੀ ਅੱਛੀ ਹੈ ਕੰਪਨੀ ਵੀ ਅੱਛੀ ਹੈ ਬਹੁਤ ਪਿਆਰਾ ਸੁਜ਼ੂਕੀ ਵੀ ਦਿਖਾਉਂਦੇ ਹਾਂ ਇਹਦਾ ਮੈਂ ਤੁਹਾਨੂੰ ਨੰਬਰ ਵੀ ਦਿਖਾ ਰਿਹਾ ਇਹ ਨੰਬਰ ਇਹਦਾ 45 ਇਹ ਮੈਂ ਦੇਖੀ ਹੈ ਤਕਰੀਬਨ 1.5 ਸਾਲ ਜਿਹੜੀ ਮੈਂ ਚਲਾਈ ਹੈ ਸੁਜ਼ੂਕੀ 1.5 ਸਾਲ ਤੋਂ ਬਾਅਦ ਇਹਨਾਂ ਨੂੰ ਪਈ ਹੈ ਔਰ ਮੈਨੂੰ ਯਾਮਾ ਪਸੰਦ ਆਇਆ ਮੈਂ ਯਾਮਾ ਲੈ ਲਿਆ ਔਰ ਯਾਮਾ ਫਿਰ ਚਲਾ ਕੇ ਤੁਹਾਨੂੰ ਇਹਦੇ ਮੁਤਾਬਕ ਦੱਸਾਂਗੇ ਕਿ ਬਹੁਤ ਕੀ ਕਰਦਾ ਹੈ ਕੀ ਨਹੀਂ ਇਹਦੀ ਡਰਾਈਵਿੰਗ ਅੱਛੀ ਹੈ ਸਵਾਰੀ ਕਰਦੀ ਹੈ ਇਹਦੀ ਸੌਫਟ ਆਈ ਆ ਕੋਈ ਜੰਪ ਨਹੀਂ ਸੁਜ਼ੂਕੀ ਤਾਂ ਬੜੀ ਸੌਫਟ ਔਰ ਜੰਪ ਨਹੀਂ ਸੀ ਬਿਲਕੁਲ ਵੀ ਬਣਦੀ ਇਹ ਜੱਗਾ ਸ਼ੋਰੂਮ ਵਾਲੇ ਜਿਹੜੇ ਹੈ ਨਾ ਜੀ ਇਹ ਜਿਹੜੇ ਹੈ ਇਹ ਬਹੁਤ ਅੱਛੇ ਮੋਟਰਸਾਈਕਲ ਰੱਖਦੇ ਨੇ ਇਹ ਸੇਲ ਔਰ ਰੀਸੇਲ ਦਾ ਕੰਮ ਕਰਦੇ ਨੇ ਲੇਕਿਨ ਰੀਸੇਲ 'ਚ ਵੀ ਅੱਛੇ ਲੈਂਦੇ ਨੇ ਦੂਜੇ ਵੀ ਲੈਂਦੇ ਸ਼ੋਰੂਮ ਹੈ ਇਹਨਾਂ ਦਾ ਇਹ ਸ਼ੋਰੂਮ ਹੈ ਜੀ ਇਹ ਖਾਨ ਸਾਹਿਬ ਬੈਠੇ ਨੇ ਸ਼ੋਰੂਮ ਦੇ ਮਾਲਕ ਇਹ ਵੀਡੀਓ ਚੈਨਲ ਆ ਮੇਰਾ ਇੱਕ ਉਹਦੇ 'ਤੇ ਜਿਹੜਾ ਵੀਡੀਓ ਚਾੜ ਦਾ ਇਹ ਬੈਠੇ ਨੇ ਜੀ ਖਾਨ ਸਾਹਿਬ ਇਹਨਾਂ ਕੋਲੋਂ 1.5 ਸਾਲ ਪਹਿਲੇ ਅਸੀਂ ਸੁਜ਼ੂਕੀ ਲਈ ਸੀ ਔਰ ਇਹਨਾਂ ਨੂੰ ਇਹ ਰੀਸੇਲ ਕਰਤੀ ਅਸਾਂ ਦੁਬਾਰਾ ਅਤੇ ਇਹ ਅੱਛੀ ਕੀਮਤ ਦਿੰਦੇ ਨੇ ਔਰ ਅੱਛੇ ਮੋਟਰਸਾਈਕਲ ਰੱਖਦੇ ਨੇ ਸੇਲ ਔਰ ਰੀਸੇਲ ਦਾ ਦੋਵੇਂ ਕੰਮ ਕਰਦੇ ਨੇ ਅਤੇ ਮੋਟਰਸਾਈਕਲ ਬਹੁਤ ਅੱਛੇ ਲੱਗਦੇ ਕੁਝ ਵੀ ਆਪਣੇ ਦੇਣੇ ਹੋਣ ਜੀ ਦੱਸੋ ਜੀ ਅੱਛਾ ਸੇਲ ਕਰਨ ਲਈ ਕਿਸੇ ਕਿਸਮ ਦੇ ਮਾਰਜਨ ਨੂੰ ਫਾਈਟ ਨਹੀਂ ਕਰਦੇ ਲੋਕਾਂ ਨੂੰ ਉਹਦਾ ਪੈਸਿਆਂ ਦਾ ਨਿਯਮ ਬਦਲ ਦਿੰਦੇ ਹਾਂ ਅਤੇ ਅੱਲਾ ਦੀ ਮਖਲੂਕ ਗ੍ਰੈਬ ਕਰਦੇ ਇਹ ਤਾਂ ਮੇਰਾ ਵੀ ਇਹਨਾਂ ਨਾਲ ਤਜਰਬਾ ਹੋਇਆ ਕਿਉਂਕਿ ਮੈਂ ਦੂਸਰਾ ਮੋਟਰਸਾਈਕਲ ਇਹਨਾਂ ਤੋਂ 0 ਮੀਟਰ ਲੈ ਰਿਹਾ ਅੱਛੀ ਕੀਮਤ ਨਾਲ ਦਿੰਦੇ ਨੇ ਅਤੇ ਅੱਛੀ ਕੀਮਤ ਨਾਲ ਹੀ ਇਹ ਵਾਪਸ ਲੈਂਦੇ ਨੇ ਇਹ ਦੇਖ ਲਓ ਇਹਨਾਂ ਕੋਲ ਖੜ੍ਹੇ ਨੇ ਮੋਟਰਸਾਈਕਲ 0 ਮੀਟਰ ਵੀ ਖੜ੍ਹੇ ਨੇ ਇਹਨਾਂ 'ਚ 0 ਮੀਟਰ ਵੀ ਨੇ ਚੱਲੇ ਵੀ ਨੇ ਬਾਹਰ ਦਾ ਵੀ ਤੁਹਾਨੂੰ ਦਿਖਾ ਦਿੰਦੇ ਥੋੜ੍ਹਾ ਜਿਹਾ ਇਹ ਦੇਖੋ ਇਹਨਾਂ ਦੇ ਬਾਹਰ ਦਾ ਸਾਰਾ ਸਿਸਟਮ ਉਹ ਮੇਰਾ ਮੋਟਰਸਾਈਕਲ ਤਿਆਰ ਹੋ ਗਿਆ ਅਤੇ ਇਨਸ਼ਾਅੱਲਾ ਤਾਲਾ ਫਿਰ ਤੁਹਾਨੂੰ ਦੱਸਾਂਗੇ ਕੋਈ ਬਾਤ ਨਹੀਂ ਮੈਂ ਕਹਿੰਦਾ ਉਹ ਸੁਭਾਅ ਵੀ ਕਰਨੇ ਤੇ ਰੱਖਣਾ
ਰਾਣਾ ਜੀਸ਼ਾਨ ਇਹ ਮੇਰੇ ਨਾਲ ਆਇਆ ਮੋਟਰਸਾਈਕਲ ਦੁਆਉਣ। ਹਾਂਜੀ ਦੱਸੋ ਜੀ ਤੁਸੀਂ ਹਾਂਜੀ ਜੀ ਜੀ ਕੱਲ੍ਹ ਮੈਂ ਅੱਜ ਬੜਾ ਅੱਛਾ ਮੋਟਰਸਾਈਕਲ ਦਾ ਇੰਤਖਾਬ ਕੀਤਾ, ਯਾਮੇ ਦਾ 1-2 ਪਾਇਆ, ਬਹੁਤ ਅੱਛਾ ਆਪਣਾ ਡਿਸਕ ਬ੍ਰੇਕ ਹੈ ਉਹਦੀ ਅਤੇ ਅਲਾਏ ਰਿਮ ਨੇ ਅਤੇ ਬਹੁਤ ਜ਼ਬਰਦਸਤ ਨਵੀਂ ਚੀਜ਼ ਹੈ ਅਤੇ ਬਹੁਤ ਜ਼ਬਰਦਸਤ ਮੋਟਰਸਾਈਕਲ ਦਾ ਇੰਤਖਾਬ ਕੀਤਾ, ਬੜੀ ਖੁਸ਼ੀ ਹੋਈ ਮੋਟਰਸਾਈਕਲ ਵੇਖ ਕੇ। ਇਨਸ਼ਾਅੱਲਾ ਹੁਣ ਬਲਕਿ ਮੈਨੂੰ ਵੀ ਹੋ ਰਿਹਾ ਕਿ ਮੈਂ ਵੀ ਇੱਕ ਲਵਾਂ ਇਹਦੇ ਨਾਲ ਦਾ, ਬਹੁਤ ਜ਼ਬਰਦਸਤ ਮੋਟਰਸਾਈਕਲ ਦਾ ਇੰਤਖਾਬ ਕੀਤਾ। ਬਾਕੀ ਇਹ ਜਿੱਦਾਂ ਮੋਟਰ ਜਿਹੜੀ ਹੈ ਨਾ ਜੀ ਰੇਲ ਆਪਣਾ ਮਹਾਤਮਾ ਜਿਨਾਹ ਰੋਡ 'ਤੇ ਇਹ ਹੈ ਸਰਗੋਧ ਦੇ ਵਿੱਚ, ਅਤੇ ਇਹਨਾਂ ਦਾ ਮਾਸ਼ਾਅੱਲਾ ਬੜਾ ਅੱਛਾ ਕੰਮ ਹੈ ਅਤੇ ਬੜਾ ਦਾਵਨ ਹੈ ਇਹਨਾਂ ਦਾ ਲੋਕਾਂ ਨਾਲ, ਅਤੇ ਮਾਸ਼ਾਅੱਲਾ ਬੜੀ ਖੁਸ਼ੀ ਹੁੰਦੀ ਇਹਨਾਂ ਕੋਲ ਆ ਕੇ। ਅਤੇ ਜਿਹੜੇ ਜਿਹੜੇ ਵੀ ਭਰਾ ਸਰਗੋਧੇ ਦੇ ਰਹਿਣ ਵਾਲੇ ਆ ਮੋਟਰਸਾਈਕਲਾਂ ਦੇ ਹਵਾਲੇ ਨਾਲ, ਇੱਥੇ ਆਓ ਆਪਣੇ ਮੋਟਰਸਾਈਕਲ ਵੇਚੋ ਅਤੇ ਨਵੇਂ ਲਵੋ ਇਹਨਾਂ ਕੋਲ, ਮਾਸ਼ਾਅੱਲਾ ਬਹੁਤ ਅੱਛੀ ਫਰਮ ਹੈ। ਠੀਕ ਹੈ, ਓਕੇ ਜੀ, ਅੱਲਾਹ ਖਾਨ ਸਾਹਿਬ ਆਪਣਾ ਫੋਨ ਨੰਬਰ ਕੋਈ ਦਿਓ ਜੀ ਇਹਦੇ 'ਚ, ਤਾਂ ਕਿ ਜਿਹੜਾ ਨਾ ਜੀ ਕੱਲ੍ਹ ਵੀਡੀਓ ਚ ਆਣੀ ਅਸਾਂ ਤੇ ਲੋਕੀ ਦੇਖਣ ਨੂੰ ਬਹੁਤ ਤੁਹਾਡੇ ਨਾਲ। ਨੰਬਰ ਹੈ ਮੇਰਾ ਗੈਸ ਦਾ 0301-654-8787 ਅਤੇ ਟੈਲੀਨੋਰ ਦਾ 0340-41-45-1000। ਐਨੀ ਟਾਈਮ ਕੋਈ ਵੀ ਕਾਲ ਆਏ ਅਸੀਂ ਫੋਨ ਰਿਸੀਵ ਕਰਦੇ ਹਾਂ, ਅਗਰ ਬਿਜ਼ੀ ਹੈ ਤਾਂ ਦੁਬਾਰਾ ਉਹਨੂੰ ਰਿਪਲਾਈ ਕਰਨ ਦੀ ਡਿਟੇਲ ਦੱਸਦੇ ਹਾਂ ਹਰ ਚੀਜ਼। ਅਤੇ ਸਾਡੇ ਹਵਾਲੇ ਨਾਲ ਜਿਹੜਾ ਤੁਹਾਡੇ ਕੋਲ ਆਵੇ ਕੋਈ ਉਹਨੂੰ ਡਿਸਕਾਊਂਟ ਲਾਜ਼ਮੀ ਦਿਓ, ਡਿਸਕਾਊਂਟ ਕਰਾਂਗੇ ਨਾਲ ਪੂਰਾ ਦਾਵਨ ਕਰਦੇ ਹਾਂ। ਹਾਂ ਸਾਡੀ ਵੀਡੀਓ ਦੇਖ ਕੇ ਕੋਈ ਤੁਹਾਡੇ ਕੋਲ ਆਵੇ ਨਾ ਜੀ ਉਹਨੂੰ ਡਿਸਕਾਊਂਟ ਤੁਸੀਂ ਦੇਣਾ। ਯਕੀਨ ਕਰਨਾ ਕਿ ਜੋ ਇਸਲੇ ਮਹਿੰਗਾਈ ਦੇ ਹਾਲਾਤ ਹੈ ਜਿੰਨੇ ਮੋਟਰਸਾਈਕਲ ਦੇ ਪ੍ਰਾਈਸਿਸ ਹੋ ਚੁੱਕੇ ਹਨ, ਕੋਈ ਕਸਟਮਰ ਕਹਿੰਦਾ ਵੀ 25-30 ਹਜ਼ਾਰ ਕੋਈ ਨਹੀਂ ਕਿਸੇ ਕਿਸਮ ਦਾ ਉੱਤੇ ਇੰਟਰਸਟ ਨਹੀਂ ਲਾਉਂਦੇ ਔਰ ਉਹਦੀ ਜ਼ਰੂਰਤ ਵੀ ਪੂਰਾ ਕਰਦੇ ਹਵਾਲੇ ਹੁੰਦੇ।